ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਗਈ ਮੁਹਿੰਮ ਦੇ ਤਹਿਤ SGM ਫਿਲੌਰ ਡਾਕਟਰ ਵਨੀਤ ਕੁਮਾਰ ਦੇ ਆਦੇਸ਼ਾਂ ਤੇ ਬਲਾਕ ਰੁੜਕਾ ਕਲਾ ਅਧੀਨ ਪੈਂਦੇ ਪਿੰਡ ਪਾਸਲਾ ਵਿਖੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਸੰਬੰਧੀ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਬਲਾਕ ਰੁੜਕਾ ਕਲਾ ਤੋਂ ਚਰਨਜੀਤ ਸਿੰਘ ਦੀ ਅਗਵਾਈ ਵਿੱਚ ਆਈ ਹੋਈ ਟੀਮ ਨੇ ਲੋਕਾਂ ਨੂੰ ਨਸ਼ੇ ਦੇ ਕੋਹਰ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ। ਇਸ ਮੌਕੇ ਉਹਨਾਂ ਨੇ ਕਿਹਾ ਕਿ ਜੋ ਵੀ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸ ਚੁੱਕਾ ਹੈ ਉਸ ਸੰਬੰਧੀ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਉਸ ਨੌਜਵਾਨ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਪ੍ਰਦਾਨ ਕਰਵਾ ਕੇ ਇਸ ਨਸ਼ੇ ਦੀ ਦਲਦਲ ਵਿੱਚ ਕੱਟਿਆ ਜਾ ਸਕੇ। ਇਸ ਮੌਕੇ ਸੰਪਰ ਰਣਜੀਤ ਸਿੰਘ ਜੋਹਲ ਨੇ ਆਈ ਹੋਈ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਬਲਾਕ ਸਮਤੀ ਮੈਂਬਰ ਸਰਬਜੀਤ ਕੌਰ ਜੋਹਲ, ਸਰਪੰਚ ਰਣਜੀਤ ਸਿੰਘ ਜੋਹਲ, ਡਾਕਟਰ ਚਮਕੌਰ, ਸਰਪੰਚ ਦੰਦੂਵਾਲ ਨਿਰਮਲਾ, ਸਾਬਕਾ ਸਰਪੰਚ ਜੀਵਨਦਾਸ, ਪੰਚ ਜਸਵੰਤ ਲਾਲ, ਕਸ਼ਮੀਰ ਸਿੰਘ UK, ਸੁਖਵਿੰਦਰ ਸਿੰਘ, ਪੰਚ ਨਿਰਮਲ ਦਾਸ, ਪੰਚ ਰਾਮ ਸਰੂਪ, ਪੰਚ ਜਿੰਦੂ, ਪੰਚ ਦਲਵੀਰ ਕੌਰ, ਪੰਚ ਬਿੰਦਰ, ਜਸਵਿੰਦਰ ਸਿੰਘ, ਪੰਚ ਜੋਗਾ ਸਿੰਘ, ਕੈਪਟਨ ਲਕਸ਼ਮਣ ਦਾਸ, ਸੂਬੇਦਾਰ ਸੋਹਣ ਲਾਲ ਤੋਂ ਇਲਾਵਾ ਹੋਰ ਹਾਜ਼ਰ ਸਨ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪਿੰਡ ਪਾਸਲਾ ਦੇ ਵਿੱਚ VDO ਦਫ਼ਤਰ 'ਚੋਂ PO ਸਾਹਿਬ, ਸੈਕਟਰੀ ਸਾਹਿਬ ਸਾਡੇ ਕੋਲ ਪਹੁੰਚੇ ਹਨ ਕਿ ਨਸ਼ਿਆਂ ਵਿਰੁੱਧ ਕੈਂਪ ਲਗਾਇਆ ਹੈ ਜਿਸ ਦੇ ਵਿੱਚ ਪਿੰਡ ਪਾਸਲਾ ਦੀ ਪੰਚਾਇਤ, ਚੇਤਵਾਲ ਦੀ ਪੰਚਾਇਤ, ਸੰਤਵਾਲ ਦੀ ਪੰਚਾਇਤ ਨੇ ਪੂਰਾ ਸਹਿਯੋਗ ਦਿੱਤਾ ਅਤੇ ਭਰੋਸਾ ਦਿੱਤਾ ਹੈ ਕਿ ਜੇ ਕੋਈ ਵੀ ਨੌਜਵਾਨ ਨਸ਼ਿਆਂ ਦੀ ਗ੍ਰਿਫਤ 'ਚ ਫਸਿਆ ਹੋਊਗਾ ਉਸਨੂੰ ਅਸੀਂ ਉਹਦਾ ਨਾਮ ਤੁਹਾਡੇ ਕੋਲ ਦੇਵਾਂਗੇ, ਉਸਦੇ ਨਸ਼ੇ ਫ੍ਰੀ ਛਡਾਏ ਜਾਣਗੇ। ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਮੁਹਿੰਮ ਚੱਲੀ ਗਈ ਹੈ ਜਿਹਦੇ ਤਹਿਤ ਅੱਜ ਪਿੰਡ ਪਾਸਲਾ ਵਿੱਚ ਬਲਾਕ ਰੌਣਕਾ ਕਲਾਂ ਵੱਲੋਂ SDM ਸਾਹਿਬ ਦੇ ਆਦੇਸ਼ਾਂ ਅਨੁਸਾਰ ਡੈਪੋ ਦੇ ਸੰਬੰਧ ਵਿੱਚ ਕੈਂਪ ਲਾਇਆ ਗਿਆ, ਜਿਹਦੇ ਸੰਬੰਧ ਵਿੱਚ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਨਸ਼ਿਆਂ ਦੇ ਇਸ ਕੋਟ ਤੋਂ ਆਪਣੀ ਨਵੀਂ ਨੌਜਵਾਨ ਪੀੜ੍ਹੀ ਨੂੰ ਕਿਵੇਂ ਬਚਾਉਣਾ ਹੈ। ਜੇ ਕੋਈ ਇਹਦੀ ਗ੍ਰਸਤ ਵਿੱਚ ਫਸ ਗਿਆ ਹੈਗਾ ਤਾਂ ਉਹ ਸਾਡੇ ਨਾਲ ਸੰਪਰਕ ਕਰਕੇ ਅਸੀਂ ਉਹਨੂੰ ਸਰਕਾਰ ਵੱਲੋਂ ਜਿਹੜੇ ਡਾਕਟਰੀ ਸਹਾਇਤਾ ਦੇ ਕੇ ਉਹਨੂੰ ਨਸ਼ਿਆਂ ਤੋਂ ਬਚਾ ਸਕਦੇ ਹਾਂ। ਅਤੇ ਸਾਰੇ ਮੈਂਬਰ ਸਾਹਿਬਾਨ ਨੂੰ ਉੱਥੇ ਹਾਜ਼ਰ ਆਏ ਡੈਪੋ ਨੂੰ ਅਸੀਂ ਜਾਣਕਾਰੀ ਦਿੱਤੀ ਹੈ ਕਿ ਜੇ ਕੋਈ ਉਹਨਾਂ ਦੇ ਸੰਪਰਕ ਦੇ ਵਿੱਚ ਆਉਂਦਾ ਹੈਗਾ, ਕੋਈ ਨਸ਼ਾ ਛੱਡਣਾ ਚਾਹੁੰਦਾ ਹੈਗਾ ਤਾਂ ਉਹ ਸਾਡੇ ਸਰਕਾਰ ਦੇ ਮਹਿਕਮੇ ਦੇ ਧਿਆਨ 'ਚ ਲਿਆਓ ਤਾਂ ਕਿ ਅਸੀਂ ਉਹਨਾਂ ਨੂੰ ਅੱਗੇ ਤੋਂ ਬਚਾ ਸਕੀਏ ਅਤੇ ਉਹਨਾਂ ਨੂੰ ਵੱਧ ਤੋਂ ਵੱਧ ਗਾਈਡ ਕਰੋ ਕਿ ਉਹ ਇਸ ਕੋਰਟ ਤੋਂ ਬਚ ਕੇ ਰਹਿਣ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪਿੰਡ ਪਾਸਲਾ ਵਿਖੇ ਜੋ ਮਾਣਯੋਗ SDM ਸਾਹਿਬ ਨੇ VDO ਸਾਹਿਬ ਦੇ ਉਹਨਾਂ ਨੇ ਆਪਣੀ ਟੀਮ ਭੇਜੀ ਆ, ਡੈਕੋ ਦਾ ਕੈਂਪ ਲੱਗਿਆ ਪਿੰਡ ਪਾਸਲੇ ਦੇ ਵਿੱਚ ਜੋ ਕਿ ਅਜੋਕੇ ਸਮੇਂ ਵਿੱਚ ਬਹੁਤ ਜ਼ਿਆਦਾ ਲੋੜ ਹੈ ਬੱਚਿਆਂ ਨੂੰ ਪ੍ਰੇਰਿਤ ਕਰਨ ਦੀ ਕਿ ਕੋਈ ਵੀ ਨੌਜਵਾਨ ਵੀਰ ਨਸ਼ਿਆਂ ਦੀ ਦਲਦਲ ਵਿੱਚ ਨਾ ਜਾਵੇ। ਸਾਨੂੰ ਅੱਜ ਜਾਗਰੂਕ ਕੀਤਾ, ਅਸੀਂ SDM ਸਾਹਿਬ ਦਾ, VDO ਸਾਹਿਬ ਦਾ ਅਤੇ ਆਈ ਹੋਈ ਟੀਮ ਦਾ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਮਹੀਨੇ 2 ਮਹੀਨੇ ਬਾਅਦ ਸਾਡੇ ਕੋਲ ਜ਼ਰੂਰ ਇਹ ਕੈਂਪ ਲਗਾਇਆ ਜਾਵੇ। ਧੰਨਵਾਦ।